ਜੀ ਮੇਰਾ ਨਾਮ ਮੁਹੰਮਦ ਅਬਾਸਾ ਜੀ 4 ਸਾਲ ਪਹਿਲੇ ਮੇਰੇ ਇੱਕ ਹਾਦਸੇ 'ਚ ਮੇਰੀ ਲੱਤ ਕੱਟੀ ਗਈ ਸੀ ਜੀ ਤੇ ਮੈਂ ਆਪਣੀ ਮਿਹਨਤ ਮਜ਼ਦੂਰੀ ਕਰਦਾ ਰੈਂਟ ਦਾ ਰਖਸ਼ਾ ਲੈ ਕੇ ਚਲਾਣਾ ਤੇ ਆਪਣੇ ਬੱਚੇ ਪਾਲਦਾ ਜੀ ਲੇਕਿਨ ਮਹਿੰਗਾਈ ਇਹ ਨਹੀਂ ਹੈ ਕਿ ਕਿਰਾਏ ਦਾ ਮਕਾਨ ਆ ਬਿਲ ਇਹ ਉਹ ਪੂਰੇ ਕਰਨੇ ਬਹੁਤ ਮੁਸ਼ਕਲ ਹੈ ਤੇ ਦਬਾਗ ਬਹੁਤ ਅਟ੍ਰਸਟ ਆ ਇਹਨਾਂ ਨੇ ਟੀਮ ਦਾ ਬਹੁਤ ਮਸ਼ਹੂਰ ਆ ਮੇਰੀ ਆ ਕੇ ਇਹਨਾਂ ਨੇ ਹੌਸਲਾ ਫਜ਼ਾਈ ਕੀਤੀ ਮੈਨੂੰ ਰਾਸ਼ਨ ਪੂਰੇ ਮਹੀਨੇ ਦਾ ਦਿੱਤਾ ਤੇ ਮੇਰੀ ਅਪੀਲ ਆ ਕਿ ਮੈਨੂੰ ਇੱਕ ਰੱਖਿਆ ਲੈ ਦਿੱਤਾ ਜਾਵੇ ਤੇ ਔਰ ਮੇਰੀ ਲਾਤ ਲਵਾ ਦਿੱਤੀ ਜਾਵੇ ਜਿਹੜਾ ਮੈਂ ਕਿਸੇ ਅਗੇ ਹੱਥ ਨਾ ਫਲਾਵਾ ਤੇ ਇੱਕ ਦਫਾ ਮੇਰੀ ਹੈਲਪ ਕੀਤੀ ਜਾਵੇ ਦੋਸਤਾਂ ਅਗੇ ਅਪੀਲ ਆ ਮੇਰੀ ਕਿ ਮੈਨੂੰ ਕਿਸੇ ਅਗੇ ਹੱਥ ਫੈਲਾਣ ਤੇ ਮਜਬੂਰ ਨਾ ਹੋਵਾਂ ਤੇ ਮੈਂ ਆਪਣੀ ਮਿਹਨਤ ਕਰਦਾ ਰਹਾ ਤੇ ਮੈਂ ਮਿਹਨਤ ਕਰਨ ਵਾਲਾ ਬੰਦਾ ਹੱਥ ਫੈਲਾਣ ਵਾਲਾ ਨਹੀਂ ਜ ਹੈਗਾ ਤੇ ਮੈਂ ਇਹਨਾਂ ਦੀ ਟੀਮ ਦਾ ਬੜਾ ਮਸ਼ਕੂਰ ਹਾਂ ਕਿ ਇਹਨਾਂ ਨੇ ਸ਼ੁਕਰੀਆ ਅਦਾ ਕਰਦਾ ਦਬਾਲ ਸਤਾ ਲੈਣ ਲੱਗੇ ਇਨਾਂ ਨੇ ਆ ਕੇ ਮੇਰੀ ਹੌਸਲਾ ਫਜ਼ਾਈ ਕੀਤੀ ਮੈਨੂੰ ਰਾਸ਼ਨ ਵੀ ਦਿੱਤਾ ਪੂਰੇ ਮਹੀਨੇ ਦਾ ਤੇ ਮੇਰੇ ਬੱਚਿਆਂ ਦਾ ਤੇ ਇਸ ਲਈ ਆ ਕੇ ਦਿੱਤਾ ਜੀ